डॉक्टर मंजीत सिंह करती हूँ, उम्र में बड़े हैं और बड़ों का एक एहतराम होता है। तो डॉक्टर साहब, कैसा एक्सपीरियंस रहा आपका? मेहमान नवाजी साड़ी पाकिस्तानी दी पसंद आई है तुहानू? हाँ, बड़ा पसंद आया मैनू पाकिस्तान, क्योंकि मैं कोई 20 वेरी इत्थे आ रहा। बहुत शुक्रिया। हाँ, जो ना मैं रिटायर होया यूनिवर्सिटी चो, अच्छा, विला होया ते उत्थे 55 साल दे सानू रिटायर कर दिंदे आ। ਇਹ ਚੰਗੀ ਗੱਲ ਹੈ ਨਾ ਵੈਸੇ? ਹਾਂਜੀ, ਇਹ ਚੰਗੀ ਗੱਲ ਨਹੀਂ ਹੈ? ਮਾੜੀ ਗੱਲ ਆ। ਮਾੜੀ ਗੱਲ ਹੈ, ਕਿਉਂਕਿ ਇਸ ਐਕੇਡਮਿਕ ਜੀ ਜੀ ਤੁਸੀਂ 60 ਸਾਲ ਥਾਈਂ ਹਾਂ ਖੂਬ ਪੜ੍ਹਾ ਸਕਦੇ, 65 ਸਾਲ ਥਾਈਂ ਵੀ ਪੜ੍ਹਾ ਸਕਦੇ ਆ, ਐਕਸਪੀਰੀਅੰਸ ਵੱਧਦਾ ਤੁਹਾਡਾ। ਅਤੇ 55 ਬੰਦਾ ਮੈਚੁਰ ਹੁੰਦਾ ਅਤੇ ਉਦੋਂ ਤੁਸੀਂ ਰਿਟਾਇਰ ਕਰਦੇ ਹੋ, ਉਹਨੂੰ ਇਟਸ ਬੈਡ, ਹਾਂ ਠੀਕ ਨਹੀਂ ਗਾ। ਅਤੇ ਫਿਰ ਮੈਂ ਹਰੇਕ ਸਾਲ ਆਉਂਦਾ ਰਿਹਾ ਪਾਕਿਸਤਾਨ, ਨਨਕਾਣਾ ਸਾਹਿਬ ਖਾਸ ਕਰ, ਕਿਉਂਕਿ ਸਾਡੇ ਪਿਤਾ ਜੀ ਦਾ ਜਨਮ ਉੱਥੇ ਦਾ, ਗੁਰੂ ਨਾਨਕ ਦੇਵ ਜੀ ਦਾ, ਸੋ ਇਹ ਸਾਡਾ ਮੈਕਾ ਨਨਕਾਣਾ ਸਾਹਿਬ। ਅਤੇ ਪਹਿਲੀ ਵਾਰ ਮੈਂ ਆਇਆ, ਮੈਂ ਕੀ ਕਹਿੰਦੇ ਆ ਪੈਸੇ ਪੁਟਾਉਣੇ ਸੀਗੇ ਲਾਹੌਰ, ਅੱਛਾ, ਉੱਥੇ ਮੈਨੂੰ ਤਕਲੀਫ ਹੋਈ। ਅੱਛਾ, 50 ਪਾਉਂਡ ਮੈਂ ਵਟਾਉਣੇ ਸੀਗੇ ਅਤੇ ਉਹ ਕਹਿੰਦਾ ਅੱਜ ਫਰਾਈਡੇ ਆ, ਹਾਂ, ਅਤੇ ਇਸ ਕਰਕੇ ਤੁਸੀਂ ਬੈਂਕਾਂ ਬੰਦ ਆ, ਮੈਂ ਨਹੀਂ ਚੇਂਜ ਕਰ ਸਕਦਾ। ਅਤੇ ਮੈਂ ਪਰੇਸ਼ਾਨ ਹੋ ਗਿਆ, ਮੈਂ ਕਿਹਾ ਮੇਰੇ ਕੋਲ ਪੈਸੇ ਹੈ ਨਹੀਂ ਗਏ, ਮੈਂ ਕਿਵੇਂ ਜਾਊਂਗਾ? ਮੈਂ ਵਾਪਸ ਜਾਣ ਲੱਗਿਆ। ਅੱਛਾ, ਅਤੇ ਮੈਂ ਬਾਬਾ ਨਾਨਕ ਮੂਹਰੇ ਅਰਦਾਸ ਕੀਤੀ, ਮੈਂ ਕਿਹਾ ਬਾਬਾ ਜੀ ਮੈਂ ਜਾਣਾ ਸੀਗਾ ਤੁਹਾਡੀ ਜਗ੍ਹਾ, ਇਹ ਮੈਨੂੰ ਜਾਣ ਨਹੀਂ ਦਿੰਦੇ ਕਿਉਂਕਿ ਪੈਸੇ ਮੇਰੇ ਕੋਲ ਹੈ ਨਹੀਂ, ਮੈਂ ਕਿਵੇਂ ਜਾਊਂਗਾ? ਉਹੀ ਬੰਦਾ ਭੱਜਿਆ ਆਇਆ ਮੇਰੇ ਕੋਲ। ਵਾਹ, ਅਤੇ ਅਲਾ ਮੈਂ ਹੁਣੇ ਥੋੜ੍ਹੇ ਬਦਲਾ ਦਿੰਦਾ ਪੈਸੇ, ਉਹਦਾ ਦਿਲ ਬਦਲ ਗਿਆ। ਹਾਂ, ਵਾਹ, 50 ਪਾਉਂਡ ਦੇ ਮੈਨੂੰ 900 ਰੁਪਇਆ ਮਿਲਿਆ ਉਸ ਟਾਈਮ। ਵਾਹ, ਅਤੇ ਉਹਦੇ ਨਾਲ ਮੈਂ ਨਨਕਾਣਾ ਸਾਹਿਬ ਗਿਆ, ਮੱਥਾ ਟੇਕਿਆ, ਬਹੁਤ ਥੋੜ੍ਹੇ ਲੋਕ ਸੀਗੇ ਨਨਕਾਣਾ ਸਾਹਿਬ ਉਸ ਟਾਈਮ। ਅਤੇ ਯਾਰ ਕਿਸ ਈਅਰ ਕੀ ਬਾਤ ਕਰ ਰਹੇ? 86 ਦੀ। 86, ਹਾਂਜੀ। ਅਤੇ ਮੈਂ ਇੱਕ ਰਾਤ ਉੱਥੇ ਠਹਿਰਿਆ ਅਤੇ 100 ਰੁਪਇਆ ਮੈਂ ਉੱਥੇ ਟੇਕਿਆ ਅਤੇ ਬਾਬਾ ਈਸ਼ਰ ਸਿੰਘ ਕਹਿੰਦਾ ਭਾਈ ਅਸੀਂ ਇਹ ਰੱਖ ਸਕਦੇ ਪ੍ਰਸ਼ਾਦ ਵਾਸਤੇ, ਮੈਂ ਕਿਹਾ ਠੀਕ ਆ, ਮੈਨੂੰ ਕੋਈ ਇਤਰਾਜ਼ ਨਹੀਂ। ਕਹਿੰਦਾ ਜੇ ਇਹ ਗੰਨੇ 'ਚ ਪੈ ਗਿਆ ਇਹ ਗੌਰਮੈਂਟ ਦਾ ਹੋ ਜਾਊਗਾ। ਮੈਂ ਕਿਹਾ ਠੀਕ ਆ, ਤੁਸੀਂ ਰੱਖ ਲਓ। ਅਤੇ ਫਿਰ ਉਸ ਤੋਂ ਬਾਅਦ ਉਹ ਮੈਨੂੰ ਕਹਿੰਦਾ ਤੂੰ ਕਿਵੇਂ ਇਕੱਲਾ ਰਵੇਂਗਾ ਇੱਥੇ ਗੁਰਦੁਆਰੇ 'ਚ, ਕਿਉਂਕਿ ਹੋਰ ਮਹਿਮਾਨ ਹੈ ਨਹੀਂ ਸੀਗੇ। ਅਤੇ ਮੈਨੂੰ ਕਹਿੰਦਾ ਮੇਰੇ ਘਰ ਚੱਲ। ਉਹਦੇ ਘਰ ਮੈਂ ਗਿਆ, ਪੱਟੀ ਸਾਹਿਬ ਗੁਰਦੁਆਰੇ ਦੇ ਮੂਹਰੇ ਉਹਨਾਂ ਦਾ ਘਰ ਸੀਗਾ। ਅੱਛਾ, ਉੱਥੇ ਇੱਕ ਰਾਤ ਗੁਜ਼ਾਰੀ, ਦੂਸਰੇ ਦਿਨ ਇਸ਼ਨਾਨ ਕੀਤਾ, ਗੁਰਦੁਆਰੇ ਗਿਆ ਅਤੇ ਫਿਰ ਮੈਂ ਵਾਪਸ ਉੱਠ ਗਿਆ ਲਾਹੌਰ ਅਤੇ ਉੱਥੋਂ ਫਿਰ ਇੰਡੀਆ ਉੱਠ ਗਿਆ। ਅਤੇ ਉਸ ਤੋਂ ਬਾਅਦ 2000 'ਚ ਤੋਂ ਬਾਅਦ ਮੈਂ ਹਰੇਕ ਸਾਲ ਆਉਣਾ, ਕਿਉਂਕਿ ਮੈਂ ਰਿਟਾਇਰ ਹੋ ਗਿਆ ਅਤੇ ਮਿਲਾ ਮੈਂ। ਔਰ ਆਪ ਰਿਟਾਇਰ ਕਬ ਹੋਏ ਥੇ? ਕਿਸ ਸਨ 'ਚ ਤੁਸੀਂ ਰਿਟਾਇਰ ਹੋਏ ਸੀ? 1999 'ਚ। 99 ਮੈਂ? ਹਾਂਜੀ, ਠੀਕ ਹੈ, ਕਿਉਂਕਿ ਉੱਥੇ ਤਕਰੀਬਨ 25 ਸਾਲ ਪਹਿਲੇ। ਹਾਂਜੀ, ਰਿਟਾਇਰ ਕਰਦੇ ਜਦੋਂ ਬੰਦਾ, ਮੈਂ ਆਪਣੀ ਉਮਰ ਵੀ ਗੈਸ ਕਰ ਲਈ, ਬਾਬਾ 80 ਸਾਲ ਕੇ ਹੈ, ਮਾਸ਼ਾਅੱਲਾ। 99 ਮੈਂ ਅਗਰ ਆਪ 55 ਸਾਲ ਕੇ ਥੇ ਤੋ 2024 ਮੈਂ 80 ਸਾਲ ਕੇ ਹੈ। ਖਵਾਤੀਨ ਆਪਣੀ ਏਜ ਕੋ ਛੁਪਾਤੀ, ਮਰਦ ਹਜ਼ਰਾਤ ਕੋ ਤੋ ਕੋਈ ਇਸ਼ੂ ਨਹੀਂ ਹੋਤਾ। ਜੀ, ਔਨ ਅ ਲਾਈਟਰ ਨੋਟ, ਜੀ ਜੀ, ਪਲੀਜ਼ ਕੰਟੀਨਿਊ। ਹਾਂਜੀ, ਅਤੇ 2000 ਤੋਂ ਬਾਅਦ ਤੁਸੀਂ ਹਰ ਸਾਲ ਆਉਂਦੇ ਹੋ? ਹਰੇਕ ਸਾਲ ਆਉਣਾ ਮੈਂ। ਅੱਛਾ ਐਕਸਪੀਰੀਅੰਸ ਰਹਿਤਾ ਹੈ, ਚੰਗੀ ਲੱਗਦੀ ਸਾਡੀ ਮਹਿਮਾਨ ਨਵਾਜ਼ੀ।
ਬਹੁਤ ਅੱਛੀ ਲੱਗਦੀ ਹੈ। ਇਸ ਵਾਰੀ ਦਾ ਐਕਸਪੀਰੀਅੰਸ ਕੀ ਹੋ ਜਾਇਆ ਸੀ ਉਹ ਵੀ ਦੱਸਿਓ ਜ਼ਰਾ। ਐਜ ਕੀ ਵੇਰ ਮੈਂ ਲਾਹੌਰ ਆਇਆ ਜੀ, ਤੁਹਾਡੇ ਗੌਰਮੈਂਟ ਵਹੀਕਲ ਨੇ ਮੈਨੂੰ ਪਿੱਕ ਕੀਤਾ ਵਾਹਗਾ ਬਾਰਡਰ ਤੋਂ, ਲਾਹੌਰ ਲੈ ਕੇ ਗਏ ਮੈਨੂੰ ਉਹਦੇ ਹੋਟਲ 'ਚ, ਫਾਈਵ ਸਟਾਰ ਹੋਟਲ 'ਚ ਰਹਿਣਾ ਕਿ ਗੁਰਦੁਆਰੇ ਦੇਹਰਾ ਸਾਹਿਬ। ਮੈਂ ਕਿਹਾ ਮੈਂ ਦੇਹਰਾ ਸਾਹਿਬ ਗੁਰਦੁਆਰੇ ਰਹਿ ਕੇ ਜ਼ਿਆਦਾ ਖੁਸ਼ ਹਾਂ। ਅਤੇ ਉਹਨੂੰ ਲੈ ਕੇ ਗਏ ਅਤੇ ਸੁਬਹਾ ਮਿੰਦਰਪਾਲ ਨੇ ਮੈਨੂੰ ਉਠਾਇਆ, ਕਹਿੰਦਾ ਵੀ ਆ ਜਾ ਸੇਵਾ ਕਰਨੀ ਆ, ਜਿੱਥੇ ਬਾਬਾ ਜੀ ਦਾ ਸ਼ਹੀਦੀ ਜਗ੍ਹਾ ਸੀਗੀ ਉੱਥੇ ਅਸੀਂ ਪਾਣੀ ਧੋਤਾ ਸਾਬਣ ਨਾਲ। ਯੈਸ, ਅਤੇ ਉਸ ਤੋਂ ਬਾਅਦ ਮੈਂ ਕਮਰੇ 'ਚ ਗਿਆ। ਪਰ ਆਪਕੋ ਬੜਾ ਸਕੂਨ ਮਿਲਾ, ਪੀਸ? ਕਿਉਂ ਨਹੀਂ, ਸਕੂਨ ਤਾਂ ਮਿਲਣਾ ਹੀ ਆ। ਪੰਜਵੇਂ ਪਾਤਸ਼ਾਹ ਸਾਡਾ ਗੁਰੂ ਅਰਜਨ ਦੇਵ ਜੀ, ਉਹਦੀ ਬਾਣੀ ਮੈਂ ਰੋਜ਼ ਪੜ੍ਹਦਾ ਸੁਖਮਨੀ ਸਾਹਿਬ। ਸੁਖਮਨੀ ਸਾਹਿਬ ਮੇਰੀ ਜ਼ਿੰਦਗੀ ਬਣ ਗਈ ਹੈ, ਕਿਉਂਕਿ ਮੈਂ ਬੜੀਆਂ ਗੱਲਾਂ ਸੁਣੀਆਂ ਬਹੁਤ ਸੁਖਮਨੀ ਸਾਹਿਬ, ਬਈ ਬੰਦੇ ਇਲਾਜ ਹੋ ਜਾਂਦੇ ਫਲਾਨਾ ਤਿਮਕਾ। ਐਂਡ ਸਕੂਨ ਮਿਲਿਆ ਅਤੇ ਹਰੇਕ ਸਾਲ ਮੈਂ ਆਉਣਾ, ਮੈਂ ਨਨਕਾਣਾ ਸਾਹਿਬ ਪਹਿਲਾਂ ਜਾਂਦਾ, ਨਨਕਾਣਾ ਸਾਹਿਬ ਤੋਂ ਮੈਂ ਪੰਜਾ ਸਾਹਿਬ ਜਾਂਦਾ। ਹਾਂ, ਅਤੇ ਪੰਜਾ ਸਾਹਿਬ ਉੱਥੇ ਇਸ਼ਨਾਨ ਕਰਦਾ ਅਤੇ ਬਾਪੂ ਜੀ ਨੇ ਕਹਿਣਾ ਮੈਂ ਮੇਰੇ ਗੋਡੇ ਦੁਖਦੇ ਆ ਬਾਪੂ ਜੀ, ਬਾਪੂ ਜੀ ਮੇਰੇ ਗੋਡੇ ਠੀਕ ਕਰ ਦਿੰਦਾ, ਹੁਣ ਮੈਂ ਬੈਠਕਾਂ ਵੀ ਕਰ ਸਕਦਾ। ਵਾਹ, ਕੀ ਬਾਤ ਹੈ। ਹਾਂ, 80 ਸਾਲ ਦਾ ਮੈਂ। ਸਬਸਕ੍ਰਾਈਬ ਕਰੇ ਔਰ ਬੈਲ ਦਬਾਏ ਤਾਂ ਕਿ ਕੋਈ ਖਬਰ ਰਹਿ ਨਾ ਜਾਏ।